ਤੇ ਜਿਹਦੇ ਹੱਥ ਨਬੀ ਦੀ ਇੱਜ਼ਤ ਦੇ ਪਹਿਰੇਦਾਰੀ ਕਰਦੇ ਰਹੇ ਨੇ ਉਹਦੇ ਹੱਥ ਵੀ ਗਵਾਹੀ ਦੇਣਗੇ ਕਿ ਮੌਲਾ ਸਰਕਾਰ ਦੀ ਆਮਦ ਦਾ ਵੇਲਾ ਸੀ, ਅਸੀਂ ਝੰਡੇ ਬਣ ਕੇ ਬੁਲੰਦ ਹੋ ਗਏ ਸਾਂ। ਅੱਲਾ ਨੇ ਜਿਬਰੀਲ ਕੋਲੋਂ ਕਹਿ ਕੇ ਤਿੰਨ ਝੰਡੇ ਲਵਾਏ ਨੇ, ਜਿਹਦੇ ਕੋਲ ਝੰਡੇ ਨਹੀਂ ਉਹ ਹੱਥ ਬਣਾ ਕੇ ਝੰਡੇ ਬਣਾ ਕੇ ਬੋਲੇ ਯਾ ਰਸੂਲ ਅੱਲਾ। ਖਾਵਾਂ ਮੈਂ ਤੇਰੇ ਗੀਤ ਗਾਵਾਂ, ਗੀਤ ਗਾਵਾ ਯਾਰ ਸੁਰ ਲਾ, ਤੇਰਾ ਗਾਵਾਂ ਮੈਂ ਤੇਰੇ ਗੀਤ ਗਾਇਆ ਰਸੂਲ ਲਾ, ਤੇਰਾ ਵੀ ਲਾਦ ਮੈਂ ਕਿਉਂ ਨਾ, ਤੇਰਾ ਵੀ ਲਾਦ ਮੈਂ ਕਿਉਂ ਨਾ ਮਨਾਇਆ ਰਸੂਲ ਲਾ ਯਾਰ ਸੁਰ ਲਾ। ਹਾਲੈਂਡ ਵਿੱਚ ਕੁੱਤੇ ਭੌਂਕਦੇ ਰਹੇ, ਖਾ ਕੇ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ, ਗੁਸਤਾਖੀਆਂ ਕਰਦੇ ਰਹੇ, ਉਹ ਮੇਰੇ ਵਾਸਤੇ ਨਾ ਬੋਲੋ, ਨਬੀ ਦੀ ਇੱਜ਼ਤ ਵਾਸਤੇ ਬੋਲੋ, ਤਾਂ ਕਿ ਦੁਨੀਆਂ ਨੂੰ ਖਬਰ ਹੋ ਜਾਏ ਕਿ ਕਬੀਰ ਵਾਲਾ ਵਿੱਚ ਵੀ ਨਬੀ ਦੀ ਇੱਜ਼ਤ ਦੇ ਪਹਿਰੇਦਾਰ ਜ਼ਿੰਦਾ ਨੇ। ਕਿਆ ਯਾ ਰਸੂਲ ਅੱਲਾਹ, ਉਂਝ ਪਾਏ ਕਰੀ ਆਖਰੀ ਬੰਦੇ ਤੱਕ ਯਾ ਰਸੂਲ ਅੱਲਾਹ। ਖਤਮੇ ਨਬੂਵਤ ਤੇ ਇਮਾਨ ਰੱਖਣ ਵਾਲਾ ਬੰਦਾ, ਖਤਮੇ ਨਬੂਵਤ ਤੇ ਇਮਾਨ ਰੱਖਣ ਵਾਲਾ ਬੰਦਾ ਬੋਲੇ ਯਾ ਰਸੂਲ ਅੱਲਾਹ ਰਸੂਲ ਅੱਲਾਹ ਯਾ ਰਸੂਲ ਅੱਲਾਹ। ਇੱਕ ਵਾਰੀ ਹੱਥ ਚੁੱਕੋ, ਹੱਥ ਚੁੱਕੋ, ਹੱਥ ਚੁੱਕੋ, ਹੱਥ ਚੁੱਕੋ, ਸਟੇਜ ਤੋਂ ਵੀ ਬੋਲੋ ਆਵਾਜ਼ ਆਏ ਰਸੂਲ ਯਾ ਰਸੂਲ ਅੱਲਾਹ। ਕਰੇ ਜਿਹੜਾ ਹੱਥ ਚੁੱਕ ਕੇ ਬੋਲੇ ਉਹਦਾ ਹੱਥ ਦੁਨੀਆ ਦਾ ਮੁਹਤਾਜ ਨਾ ਰਵੇ, ਜਿਹੜਾ ਪੁੱਤਰ ਮੰਗੇ ਪੁੱਤਰ ਦੇ, ਬਿਮਾਰ ਬੋਲੇ ਸ਼ਫਾ ਦੇ। ਮੌਲਾ ਜਿਹਦੇ ਸੀਨੇ ਚੋਂ ਆਵਾਜ਼ ਨਿਕਲੇ ਯਾ ਰਸੂਲ ਅੱਲਾਹ ਦੀ, ਜਿਹਦੇ ਦਿਲ ਚ ਜਿੰਨੀਆਂ ਦਰਦਾਂ ਨੇ ਅੱਜ ਮਦੀਨੇ ਵਾਲੇ ਦਾ ਸਦਕਾ ਦੂਰ ਕਰ ਯਾ ਰਸੂਲ ਅੱਲਾਹ। ਲਾਲ ਤੇਰੀ ਕੋਈ ਨਿਸਬਤ ਨਹੀਂ, ਕੁਝ ਵੀ ਨਹੀਂ ਜੇ ਤੇਰੇ ਲਾਲ ਤੇਰੀ ਕੋਈ ਨਿਸਬਤ ਨਹੀਂ, ਮੈਂ ਸਭ ਕੁਝ ਹਾਂ ਜਿਵੇਂ ਤੇਰਾ, ਮੈਂ ਸਭ ਕੁਝ ਹਾਂ ਜਿਵੇਂ ਤੇਰਾ ਸਦਾ ਯਾ ਰਸੂਲ ਅੱਲਾਹ ਰਸੂਲ ਅੱਲਾਹ। ਪੀਰ ਮੇਰੇ ਅਲੀ ਸ਼ਾਹ ਸਾਹਿਬ ਨੇ ਫਤਵਾ ਦਿੱਤਾ ਕਿ ਕਾਦੀਆਨੀ ਕਾਫਰ ਨੇ, ਬੇਸ਼ੱਕ ਕਵੋ ਦਰਾ, ਅੰਗਰੇਜ਼ਾਂ ਨੇ ਪੀਰ ਮੇਰੇ ਅਲੀ ਸ਼ਾਹ ਸਾਹਿਬ ਤੇ 302 ਦਾ ਪਰਚਾ ਕਰਵਾ ਦਿੱਤਾ। ਮੁਰੀਦ ਮੈਂ ਤੁਹਾਨੂੰ ਦੱਸਣਾ, ਜਿਹਨੇ ਯਾਰ ਸੁਲਾ ਕਿਹਾ ਸਰਕਾਰ ਨੇ ਕਿਵੇਂ ਕੰਡ ਭਰੀ ਹੈ ਉਹਦੀ, ਉਹਨੂੰ ਮਜਬੂਰ ਨਹੀਂ ਰਹਿਣ ਦਿੱਤਾ। ਮੁਰੀਦ ਪਰੇਸ਼ਾਨ ਨੇ ਪਰ ਪੀਰ ਨਹੀਂ। ਉਹ ਪਰੇਸ਼ਾਨ ਕਿਉਂ ਹੋਵੇ ਜਿਹਨੇ ਬਾਹਾਂ ਹਜ਼ੂਰ ਨੂੰ ਫੜਾਈਆਂ ਹੋਣ? ਤੁਸੀਂ ਮਸ਼ਵਰਾ ਕਰ ਲੋ ਆਹ ਪਾਸਾ ਲੱਗਦਾ ਮਦੀਨੇ ਬੈਠਾ ਹੈ, ਆਹ ਪਾਸਾ ਲੱਗਦਾ ਜਿਵੇਂ ਮੱਕੇ ਚ ਬੈਠਾ। ਆ ਜਾਓ ਮਦੀਨੇ, ਟੁਰੋ ਟੁਰੋ ਟੁਰੋ। ਮੁਰੀਦ ਪਰੇਸ਼ਾਨ ਨੇ ਪਰ ਪੀਰ ਨਹੀਂ। ਸ਼ਾਮ ਦਾ ਵੇਲਾ ਹੋਇਆ, ਜਦੋਂ ਆਪ ਨੇ ਵੇਖਿਆ ਮੇਰੇ ਮੁਰੀਦ ਡਾਢੇ ਪਰੇਸ਼ਾਨ ਹੋ ਗਏ ਨੇ, ਸਾਰਿਆਂ ਨੂੰ ਇਕੱਠਾ ਕਰ ਲਿਆ, ਉਹ ਬੇਲੀ ਆਓ ਇੱਧਰ, ਹੱਥ ਜੋੜ ਕੇ ਮੁਰੀਦ ਖੜੇ ਨੇ। ਫਰਮਾਣ ਲੱਗਾ, ਪਰੇਸ਼ਾਨ ਕਿਉਂ ਹਜ਼ੂਰ? ਤੁਹਾਡੇ ਤੇ 302 ਦਾ ਪਰਚਾ ਹੋ ਗਿਆ, ਇਹ ਹਰੇ ਦਰਖਤ ਤੇ ਵੀ ਲਿਖੋ ਤੇ ਇਹ ਖੁਸ਼ਕ ਹੋ ਜਾਏਗਾ, ਇਹ ਗੱਲ ਲੰਬੀ ਹੋ ਜਾਣੀ ਹੈ। ਫਰਮਾਣ ਲੱਗੇ, ਕਿਹੜੀ ਗੱਲ ਹੈ? ਜਿਹੜਾ ਬੰਦਾ ਬੇਪੀਰ ਹੈ ਚੁੱਪ ਰਵੇ, ਮੈਨੂੰ ਉਹ ਬੰਦਾ ਦਿਆ ਦਾਤ ਦੇਵੇ ਜਿਹਦਾ ਕੋਈ ਖਸਮ ਤੇ ਸਾਈਂ ਹੈ, ਮੈਨੂੰ ਪਤਾ ਲੱਗ ਜਾ ਮੁਰਸ਼ਦ ਵਾਲਾ ਕਿਹੜਾ। ਜੁਮਲਾ ਸੁਣ ਕੇ ਫਿਰ ਬੋਲਣਾ ਆਵਾਜ਼ ਆ। ਫਰਮਾਣ ਲੱਗੇ, ਕੱਲ ਮੈਂ ਜੱਜ ਅੱਗੇ ਜਾਣਾ, ਜੱਜ ਨੇ ਮੈਨੂੰ ਪੁੱਛਣਾ ਇਹਨੂੰ ਕਤਲ ਤੂੰ ਕੀਤਾ ਹੈ? ਮੈਂ ਕਵਾਂਗਾ ਨਹੀਂ, ਉਹ ਕਵੇਗਾ ਗਵਾਹ ਲਿਆਓ। ਜਿਹੜਾ ਹੁਣ ਵੀ ਨਾ ਬੋਲਿਆ ਫਿਰ ਉਹ ਆਪਣੇ ਦਿਲ ਦਾ ਇਲਾਜ ਕਰਾਵੇ, ਉਹ ਕਵੇਗਾ ਗਵਾਹ ਲਿਆਓ। ਮੈਂ ਮੁਰਦੇ ਨੂੰ ਕਹਾਂਗਾ ਉੱਠ ਕੇ ਦੱਸ, ਤੈਨੂੰ ਮੈਂ ਮਾਰਿਆ ਜਾਂ ਕਿਸੇ ਹੋਰ ਨੇ ਮਾਰਿਆ? ਹੁਣ ਵੀ ਨੀ ਬੋਲੇਗਾ? ਇੱਕ ਵਾਰੀ ਪੂਰੇ ਮਹਿਫਿਲ ਵਿੱਚ ਅੱਲਾਹ ਦਾ ਸਹੀ ਸਲਾਮਤ ਰਵੇ, ਜਿਹੜਾ ਆਪਣੇ ਪੀਰ ਨੂੰ ਯਾਦ ਕਰਕੇ ਹੱਥ ਚੁੱਕ ਕੇ ਬੋਲੇ ਯਾ ਰਸੂਲ ਅੱਲਾਹ। ਫਰਿਸ਼ਤੋਂ ਨੇ ਤਲਾਸ਼ੀ ਲਈ ਤੋ ਪਿਆ ਨਿਕਲਾ ਰਸੂਲ ਅੱਲਾਹ ਯਾ ਰਸੂਲ ਯਾ ਰਸੂਲ। ਕਬੀਰ ਵਾਲਿਓ ਇੱਕ ਗੱਲ ਯਾਦ ਰੱਖਣਾ, ਜਦੋਂ ਬੰਦਾ ਮਰੇ ਘਰ ਵਾਲੇ ਕਹਿੰਦੇ ਨੇ ਇਹਦੀ ਘੜੀ ਲਾ ਲਓ, ਇਹਦੀ ਮੁੰਦਰੀ ਲਾ ਲਓ, ਇਹਦਾ ਪਰਸ ਲੈ ਲਓ, ਏਟੀਐਮ ਕਾਰਡ ਲੈ ਲਓ, ਇਹਦਾ ਇਹਦੇ ਜਿਸਮ ਤੋਂ ਕੱਪੜੇ ਲਾ ਕੇ ਕਫਨ ਪਹਿਨਾ ਦਿਓ। ਜਦੋਂ ਹਰ ਸ਼ੈ ਨੇ ਖੁਸ ਜਾਣਾ ਹੈ, ਆਪਣਿਆਂ ਨੇ ਕਬਰਸਤਾਨ ਛੱਡ ਜਾਣਾ ਹੈ, ਅੰਧੇਰੀ ਕੋਠੜੀ ਵਿੱਚ ਛੱਡਣਾ ਹੈ,
ਉਦੋਂ ਫਕਤ ਖੁਦਾ ਦੀ ਕਸਮ ਮਦੀਨੇ ਵਾਲੇ ਨੇ ਲਜਪਾਲੀ ਕਰਨੀ ਹੈ ਜਿਹਦਾ ਨਾਮ ਜਪਦਾ ਪਿਆ ਯਾ ਰਸੂਲ ਉਹਦੇ ਵਾਸਤੇ ਬੋਲ ਯਾ ਰਸੂਲ ਯਾ ਰਸੂਲ ਯਾ ਰਸੂਲ ਪਾਲ ਦਾ ਰਖਵਾਲਾ ਹੈ ਹੁਣ ਕੌਣ ਮਿਟਾਉਣ ਵਾਲਾ ਹੈ ਲਜਪਾਲ ਜੀ ਦਾ ਰਖਵਾਲਾ ਹੈ ਹੁਣ ਕੌਣ ਮਿਟਾਉਣ ਵਾਲਾ ਸਾਡਾ ਈਮਾਨ ਹੈ ਕਿ ਹਜ਼ੂਰ ਸੁਣਦੇ ਵੀ ਨੇ ਤੇ ਵੇਖਦੇ ਵੀ ਨੇ ਅਕੀਦੇ ਦੀ ਗੱਲ ਹੈ ਨਾ ਇੱਕ ਵਾਰੀ ਸਵਾਲ ਨਾ ਕਹਿ ਦਿਓ ਕਾਦਰੀ ਸਾਹਿਬ ਅਸੀਂ ਕਬੀਰ ਵਾਲਾ ਵਿੱਚ ਹਜ਼ੂਰ ਮਦੀਨੇ ਇੰਨੀ ਦੂਰ ਆਵਾਜ਼ ਮਾਰ ਨਹੀਂ ਜਾਣ ਦਿੰਦੇ ਤੁਸੀਂ ਮਦੀਨੇ ਟੋਰੀ ਬੈਠੇ ਹੋ ਆ ਮੈਂ ਪੈਰ ਰੱਖਿਆ ਕਿਸੇ ਨੂੰ ਆਵਾਜ਼ ਆਈ ਹਜ਼ੂਰ ਦਾ ਇੱਕ ਗੁਲਾਮ ਐਸਾ ਜਿਹੜਾ ਰੰਗ ਦਾ ਕਾਲਾ ਹੈ ਹਫਸ਼ ਦਾ ਰਹਿਣ ਵਾਲਾ ਹੈ ਮੋਟੇ ਮੋਟੇ ਹੋਂਟ ਨੇ ਮੱਕੇ ਦੀ ਗਲੀਆਂ ਵਿੱਚ ਚੱਲਦੇ ਨੇ ਤੇ ਹਜ਼ੂਰ ਜੰਨਤ ਦੇ ਬਾਗਾਂ ਦੀ ਸੈਰ ਕਰਦੇ ਨੇ ਕਿੱਥੇ ਮੱਕਾ ਤੇ ਕਿੱਥੇ ਜੰਨਤ ਮੇਰੇ ਹਜ਼ੂਰ ਕਰੀਮ ਆਕਾ ਫਰਮਾਣਗੇ ਸੋਹਣੇ ਬਿਲਾਲ ਤੂੰ ਕਿਹੜਾ ਕੰਮ ਕਰਨਾ ਕਿ ਮੈਂ ਤੇਰੇ ਕਦਮਾਂ ਦੀ ਆਵਾਜ਼ ਨੂੰ ਜੰਨਤ ਚ ਸੁਣਿਆ ਹੈ ਜਿਹੜਾ ਆਕਾ ਗੁਲਾਮ ਦੇ ਕਦਮਾਂ ਦੀ ਆਵਾਜ਼ ਸੁਣ ਸਕਦਾ ਹੈ ਉਹ ਆਕਾ ਗੁੰਬਦ ਦੇ ਖਜ਼ਰਾ ਚ ਬਹਿ ਕੇ ਕਬੀਰ ਵਾਲਾ ਤੇ ਗੁਲਾਮਾਂ ਦੀ ਯਾ ਰਸੂਲਾਂ ਦੀ ਸਦਾ ਆਪਣੀ ਮਰਜ਼ੀ ਨਾਲ ਬੋਲੋ ਯਾਰ ਯਕੀਨ ਕਰੋ ਜਿਵੇਂ ਬੋਲਣਾ ਚਾਹੀਦਾ ਉਂਝ ਨਹੀਂ ਬੋਲਦੇ ਤੁਸੀਂ ਬੋਲੋ ਠੰਡ ਪੈ ਜਾ ਸੀਨੇ ਵਿੱਚ ਅਫਗਾਨਿਸਤਾਨ پہ کیا ہے یا رسول اللہ یا رسول ہمیں یقین ہے ہم پل سراد سے گزر جائیں گے یہ کہہ کر یا رسول اللہ میرے حضور اما حلیمہ ਬਿਮਾਰ ਸੀ ਲਾਗਰ ਸੀ ਚੱਲਦੀ ਨਹੀਂ ਲੋਕੀ ਕਹਿੰਦੇ ਨੇ ਹਜ਼ੂਰ ਨੂੰ ਯਤੀਮ ਸਮਝ ਕੇ ਦਾਈਆਂ ਛੱਡ ਗਈਆਂ ਸ਼ਕੀਲ ਕਾਦਰੀ ਇਸ ਗੱਲ ਨਾਲ ਇਤਫਾਕ ਨਹੀਂ ਕਰਦਾ ਹਜ਼ੂਰ ਨੇ ਉਹਨਾਂ ਦਾਈਆਂ ਨੂੰ ਪਸੰਦ ਹੀ ਨਹੀਂ ਕੀਤਾ ਜਿਹਦੀ ਕਿਸਮਤ ਦੇ ਵਿੱਚ ਮਦੀਨੇ ਵਾਲੇ ਨੇ ਜਾਣਾ ਸੀ ਮਾਂ ਹਲੀਮਾ ਆਈਆਂ ਆਕਾ ਕਰੀਮ ਆਪ ਦੀ ਸਵਾਰੀ ਤੇ ਬੈਠੇ ਉਹ ਉਠਣੀ ਚੱਲਦੀ ਨਹੀਂ ਤੁਰਿਆ ਨਹੀਂ ਸੀ ਜਾਂਦਾ ਜਦੋਂ ਆਕਾ ਕਰੀਮ ਸਵਾਰੀ ਤੇ ਬੈਠੇ ਤੇ ਸਵਾਰੀ ਵੀ ਇਹੀ ਕਹਿਣ ਲੱਗ ਪਈ ਯਾ ਰਸੂਲ ਹਾਏ 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 ਮੈਨੂੰ ਨਹੀਂ ਪਤਾ ਕਿਵੇਂ ਬੋਲਣਾ ਹਾਏ ਹਾਏ ਹੁਣ ਬੋਲੋ ਅਗਲਾ ਜੁਮਲਾ ਮੈਂ ਪੇਸ਼ ਕਰਨਾ ਹੈ ਉਸ ਤੋਂ ਬਾਅਦ ਕਾਰੀ ਸਾਹਿਬ ਨੂੰ ਮੈਂ ਦਾਵਤ ਦੇਣੀ ਜੀ ਬਿਸਮਿਲਲਾ ਇੱਕ ਵਾਰੀ ਜਿਵੇਂ ਮੁਲਤਾਨ ਕਰ ਗਿਆ ਨਾ ਉਂਝ ਕਿਹਾ ਯਾ ਰਸੂਲ ਅੱਜ ਚੁੱਕੇ ਉਠਣੀ ਚੱਲਦੀ ਨਹੀਂ ਸੀ ਜਿਹੜੀਆਂ ਦਾਈਆਂ ਛੱਡ ਗਈਆਂ ਸੀ ਨਾ ਅੰਮਾ ਹਲੀਮਾ ਰਜ਼ੀ ਅੱਲਾਹ ਤਾਲਾ ਅਨਹਾ ਆਪਦੀ ਸਵਾਰੀ ਗੁਜ਼ਰਨ ਲੱਗੀ ਤੇ ਉਹ ਦਾਈਆਂ ਕਹਿੰਦੀਆਂ ਹਲੀਮਾ ਇਹ ਕੀ ਕੀਤਾ ਸਵਾਰੀ ਬਦਲ ਲਈ ਏ ਇਹ ਤੇ ਚੱਲਦੀ ਨਹੀਂ ਸੀ ਹੁਣ ਹਵਾਵਾਂ ਨਾਲ ਗੱਲਾਂ ਕਰਦੀ ਏ ਅੰਮਾ ਹਲੀਮਾ ਨੇ ਜਵਾਬ ਦਿੱਤਾ ਤੇ ਮੈਂ ਤੁਹਾਨੂੰ ਜਵਾਬ ਸੁਣਾ ਕੇ ਫਿਰ ਤੁਸੀਂ ਇੱਕ ਵਾਰੀ ਯਾ ਰਸੂਲਾ ਕਹਿਣਾ ਮੈਂ ਕਾਰੀ ਸਾਹਿਬ ਨੂੰ ਮਾਇਕ ਦੇਵਾਂ ਅੰਮਾ ਹਲੀਮਾ ਫਰਮਾਉਂਦੀਆਂ ਨੇ ਸਵਾਰੀ ਵੀ ਉਹੀ ਏ ਬਸ ਇਹਦੀ ਮੁਹਾਰ ਪਕੜਨ ਵਾਲਾ ਮਦੀਨੇ ਵਾਲਾ ਯਾ ਰਸੂਲ ਅੱਲਾ ਆ ਗਿਆ ਬੋਲੋ ਬੋਲੋ ਯਾ ਰਸੂਲ ਲੋਕਾਂ ਦੇ ਜ਼ਮਾਨੇ ਤੇ ਯਾਰ ਬਥੇਰੇ ਦਿਲਦਾਰ ਬਥੇਰੇ ਨੇ ਸਰਕਾਰ ਦਿਸੋ ਸਾਨੂੰ ਤੇ ਸਰਕਾਰ ਬਥੇਰੇ ਯਾ ਰਸੂਲ ਜਿਹੜਾ ਬੰਦਾ ਬਾਹਰ ਹੀ ਨਾ ਚੁੱਕਦਾ ਉਸ ਬੰਦੇ ਨੂੰ ਇੱਕ ਸ਼ੇਰ ਦੇਣਾ ਹੈ ਉਹ ਮੁਨਕਰ ਜਿਹੜਾ ਹਜ਼ੂਰ ਦੀ ਨਾਤ ਦਾ ਹੈ ਉਹਦੀ ਰੱਬੋ ਤਕਦੀਰ ਸੜੀ ਹੋਈ ਹੈ
ਨਾ ਸੁਣ ਕੇ ਮੂੰਹ ਦਾ ਸੁੱਜ ਜਾਂਦਾ ਜਿਵੇਂ ਸ਼ਹਿਦ ਦੀ ਮੱਖੀ ਇਹਨੂੰ ਲੜੀ ਹੋਈ ਏ। ਉਹ ਜਿਹੜਾ ਆਕਾ ਦੀਆਂ ਮਹਿਫਲਾਂ ਕਰੀ ਜਾਂਦਾ ਗੁੱਡੀ ਇਹਨਾਂ ਦੀ ਅਸਮਾਨਾਂ ਤੇ ਚੜੀ ਹੋਈ ਏ। ਅਸਲਮ ਦੋਜ਼ਖ ਚ ਨਹੀਂ ਉਹ ਸੜ ਸਕਦਾ ਜਿਹਦੀ ਬਾਹ ਹਜ਼ੂਰ ਨੇ ਫੜੀ ਹੋਈ ਏ। ਜਿਹਦੀ ਬਾਹ ਫੜੀ ਉਹ ਬਾਹ ਚੁੱਕ ਕੇ ਬੋਲੇ, ਬਾਹ ਚੁੱਕ ਕੇ ਬੋਲੇ ਯਾ ਰਸੂਲ ਅੱਲਾਹ ਯਾ ਰਸੂਲ ਅੱਲਾਹ। ਮੇਰੇ ਹਜ਼ੂਰ ਦਾ ਡੇਰਾ ਏ ਉੱਥੇ ਰਹਿੰਦਾ ਸਦਾ ਸਵੇਰਾ, ਇੱਕ ਛੋਟਾ ਜਿਹਾ ਜੁਣਾ ਉਲਮਾ ਇਕਰਾਮ ਬੈਠੇ ਨੇ, ਜਿਬਰੀਲ ਦੇ 600 ਪਰ ਨੇ, 300 ਸੱਜੇ ਪਾਸੇ 300 ਖੱਬੇ ਪਾਸੇ। ਜਿਬਰੀਲ ਦੀ ਕਦੋਂ ਕਾਮਤ, ਜਿਹੜੇ ਫਰਿਸ਼ਤਿਆਂ ਦੇ ਸਰਦਾਰ ਨੇ, ਆਪ ਦਾ ਜਿਹੜਾ ਸਿਰ ਹੈ ਪਹਿਲੇ ਆਸਮਾਨ ਤੇ ਪੈਰ ਜ਼ਮੀਨ ਤੇ, ਇੱਕ ਦੋ ਕਾਮਤ ਹੈ। ਹੁਣ ਜਰਾ ਥੋੜੀ ਜਿਹੀ ਤਵੱਜੋ ਕਰਨਾ, ਮੇਰੇ ਹਜ਼ੂਰ ਫਰਮਾਨ ਲੱਗੇ ਜਿਬਰੀਲ ਤੇਰੇ 600 ਪਰ ਨੇ, ਕਦੀ ਖੋਲੇ ਨੇ ਕਦੀ ਸਾਰੇ ਖੋਲੇ ਨੇ, ਇੰਨੇ ਪਰ ਨੇ। ਤੇ ਜਿਬਰੀਲ ਕਹਿਣ ਲੱਗੇ ਆਕਾ ਮੈਂ ਇੱਕ ਪਰ ਆਸਮਾਨਾਂ ਵਿੱਚ ਖੋਲਣਾ, ਦੂਜਾ ਖੋਲਣ ਲੱਗਣਾ ਤੇ ਜ਼ਮੀਨ ਆ ਜਾਂਦੀ ਹੈ। ਹੁਣ ਥੋੜੀ ਜਿਹੀ ਤਵੱਜੋ ਕਰਨਾ, ਆਪੇ ਸਮਝ ਗਏ ਕਿੰਨੀ ਕਦੋਂ ਕਾਮਤ ਹੈ। ਤੇ ਮੇਰੇ ਹਜ਼ੂਰ ਫਰਮਾਨ ਲੱਗੇ ਜਿਬਰੀਲ ਅੱਜ ਖੋਲ ਸਾਰੇ, ਜੇ ਹੁਣ ਵੀ ਇਹਨਾਂ ਨਾਲ ਬੋਲਿਆ ਤੇ ਫਿਰ ਮੈਂ ਸਹੀ ਵੱਲ ਕੇ ਨਾਰਾਜ਼ ਜਾਣਾ ਹੈ। ਜੁਮਲਾ ਸੁਣ ਕੇ, ਅੱਜ 600 ਦੇ 600 ਪਰ ਖੋਲ, ਮੈਂ ਮੁਜ਼ੰਮਲ ਵਾਲੀ ਕਾਲੀ ਕਮਲੀ ਖੋਲਣਾ, ਮੈਂ ਵੇਖਦਾ ਤੇਰੇ ਪਰਾਂ ਦੀ ਲੰਬਾਈ ਜ਼ਿਆਦਾ ਹੈ ਜਾਂ ਮੇਰੀ ਮੁਜ਼ੰਮਲ ਵਾਲੀ ਕਾਲੀ ਕਮਲੀ ਦਾ ਸਾਇਆ ਜ਼ਿਆਦਾ ਹੈ। ਹੁਣੇ ਪਤਾ ਲੱਗ ਜਾਏ ਸੁਣ ਲਾ ਤੇਰਾ ਮੀਲਾਦ ਮੈਂ ਕਿਉਂ ਨਾ, ਤੇਰਾ ਮੀਲਾਦ ਮੈਂ ਕਿਉਂ ਨਾ ਮਨਾਇਆ ਰਸੂਲ ਲਾ ਰਸੂਲ ਜਿਬਰੀਲ ਦੀ ਗੱਲ ਹੈ ਬਸ, ਜਿਬਰੀਲ ਅਮੀਨ ਦੀ ਗੱਲ ਫਕਤ ਤੁਹਾਡੇ ਬਜ਼ੁਰਗਾਂ ਵਾਸਤੇ। ਇੱਕ ਦਿਨ ਜਿਬਰੀਲ ਨੇ ਅਰਜ਼ ਕੀਤੀ, ਮੌਲਾ ਮੈਂ ਤੇਰੇ ਮਹਿਬੂਬ ਕੋਲੋਂ ਆਪਣੀ ਅਸਲੀ ਹਾਲਤ ਚ ਜਾਣਾ ਚਾਹੁੰਦਾ। ਖਵਾਹਿਸ਼ ਜ਼ਾਹਿਰ ਕੀਤੀ, ਕੋਈ ਵਹੀ ਲੈ ਕੇ ਨਹੀਂ ਜਾਣਾ, ਫਕਤ ਹਜ਼ੂਰ ਨੂੰ ਮਿਲਣ ਜਾਣਾ। ਅੱਲਾ ਨੇ ਫਰਮਾਇਆ ਜਿਬਰੀਲ ਜਾ, ਜਿਬਰੀਲ ਟੁਰੇ ਤੇ ਹਜ਼ੂਰ ਮਜ਼ਾਬ ਰਹਿਮਤ ਥੱਲੇ ਕਾਬੇ ਦਾ ਜਿਹੜਾ ਪਰਨਾਲਾ ਹੈ ਉਹਦੇ ਥੱਲੇ ਹਜ਼ੂਰ ਆਰਾਮ ਕਰ ਰਹੇ ਨੇ ਤੇ ਚਾਦਰ ਲਈ ਹੋਈ ਹੈ। ਅੱਲਾ ਕਰੀਮ ਨੇ ਖੁਦ ਕੁਦਰਤ ਨਾਲ, ਆਪਣੀ ਕੁਦਰਤ ਤੇ ਕਰੀਮਾ ਨਾਲ ਮਦੀਨੇ ਵਾਲੇ ਆਕਾ ਦੇ ਸੀਨੇ ਤੇ ਵਹੀ ਉਤਾਰੀ ਕਿ ਸੁਣਿਆ ਜਿਬਰੀਲ ਅੱਜ ਆਪਣੀ ਅਸਲ ਹਾਲਤ ਵਿੱਚ ਆ ਰਿਹਾ ਹੈ ਤੇ ਤੁਸੀਂ ਵੀ ਚਾਦਰ ਲਾ ਦਿਓ। ਇਹ ਗੱਲ ਹਰ ਬੰਦੇ ਨੂੰ ਸਮਝ ਨਹੀਂ ਆਣੀ ਜਿਹੜੀ ਗੱਲ ਮੈਂ ਤੁਹਾਨੂੰ ਸਮਝਾਉਣਾ ਚਾਹ ਰਿਹਾ, ਜੇ ਸਮਝ ਕੇ ਬੋਲੋ ਸੁਭਾਨਾ ਤੇ ਮੈਂ ਤੁਹਾਡੇ ਪੈਰ ਚੁੰਮਾਂ, ਏਡੀ ਵੱਡੀ ਗੱਲ ਹੈ। ਅੱਲਾ ਨੇ ਫਰਮਾਇਆ ਜਿਬਰੀਲ ਜਾ ਮਹਿਬੂਬ ਨੂੰ ਮਿਲਿਆ, ਇਧਰੋਂ ਵਹੀ ਉਤਾਰੀ, ਸੋਹਣਿਆ ਉਹ ਆ ਰਹੇ, ਆਪਣੀ ਚਾਦਰ ਲਾ ਦਿਓ ਜ਼ਰਾ। ਇਹ ਹੁਣ ਰੱਬ ਹੀ ਜਾਣਦਾ ਕਿਹੜੀ ਚਾਦਰ ਹੈ। ਜਬਲੇ ਕੁਬੈਸ ਤੇ ਆ ਕੇ ਜਿਬਰੀਲ ਰੁਕ ਗਏ, ਬੈਠੇ ਰਹੇ। ਅੱਲਾ ਨੇ ਫਰਮਾਇਆ ਜਿਬਰੀਲ ਜਾਂਦਾ ਕਿਉਂ ਨਹੀਂ। ਜਿਬਰੀਲ ਨੇ ਅਰਜ਼ ਕੀਤੀ, ਮੌਲਾ ਜਿਹੜੀ ਤਾਕਤ ਮੈਨੂੰ ਸਿਦਰਾ ਤੋਂ ਅੱਗੇ ਜਾਣ ਦੀ ਦਿੰਦੀ ਮੇਰੀ ਉਹ ਜਬਲੇ ਕੁਬੈਸ ਤੋਂ ਹੁਣ ਅੱਗੇ ਮੈਨੂੰ ਜਾਣ ਨਹੀਂ ਦੇ ਰਹੀ। ਹੁਣ ਤੇ ਕਹਿ ਯਾ ਰਸੂਲ ਅੱਲਾ, ਹੁਣ ਤੇ ਕਹਿ ਜੀ ਰਸੂਲ, ਆਖਰੀ ਵਾਰੀ ਮੈਂ ਤੁਹਾਨੂੰ ਸਲਾਮ ਪੇਸ਼ ਕਰਦਾ ਯਾ ਰਸੂਲ ਅੱਲਾ ਯਾ ਰਸੂਲ। ਹਸੀਨਾ ਜਮੀਲਾ ਦਾ ਮੂੰਹ ਮੋੜ ਦਿੱਤਾ, ਮੁਹੰਮਦ ਬਣਾ ਕੇ ਕਲਮ ਤੋੜ ਦਿੱਤਾ ਯਾ ਰਸੂਲ ਅੱਲਾ ਯਾ ਰਸੂਲ ਬੜੀ ਮਿਹਰਬਾਨੀ ਯਾਰ ਰਸੂਲ। ਬਹੁਤ ਸ਼ੁਕਰੀਆ ਮੇਰੇ ਬਰਾਦਰ ਕਰੀਮ।